लुधियाणा दे विच एक नौजवान साहिल सिंगला दी भेद भरे हालातों विच मौत हो जाण दा मामला सामने आया है। पुलिस ने कहा है कि मृतक नशे दा आदी सी, जदों कि उसके परिवारक मैंबरां दा कहना है कि साहिल दा कतल कीता गया है। उसके दोस्त उसनूं घरों बुला के लै गए सन, जिस तों बाद उसनूं की खवाया कि उसकी मौत हो गई। उन्हें कहा कि इसकी वीडियो भी सामने आई है, जिस विच उसके दोस्त उसनूं अपने नाल ले जा रहे हैं। जबकि दूजे पासे पुलिस ने कहा है कि मृतक के परिवारक मैंबरां दे बयानां दे आधार ते मृतक दे दोस्तों ने मामला दर्ज किया गया है अते अगे दी कार्रवाई भी की जा रही है। बुलंद टीवी लई लुधियाणा तो कैमरामैन विपन मैरा दे नाल पवन सैनी दी रिपोर्ट। मेरा नाम अशोक कुमार सिंगला, मैं तपा मंडी का रहने वाला। मेरे को मेरी साली का बेटा साहल सिंगला तपा मंडी सवा साल तो रह रहा है। वो दस पाँच दिन दे तो आपके माँ बाप को रखड़ी के उत्ते दुबारे मिलने वास्ते आया हुआ सी। इत्थों इहदे दोस्त पुराने जो मनी ते जोनी दोनों इन्हों घरों बुला के लेके गए। घरों बुला के उस बच्चे नू पता नहीं की खवाया की नहीं खवाया, उल्टा इल्जाम लाया भी इन्हें चिट्टा खादा। उन्हों मार के पता नहीं कितने सुटिया कितने नहीं सुटिया। सानू इस डिवीजन तो 6 नंबर डिवीजन के तजिंदर जो हवलदार है इन्हें फोन किया कल शाम 6 बजे फोन किया। उस टाइम मेरे को तपा मंडी फोन गया मेरी साली का भी साढ़े नाल भाणा वापर गए। मैं उस टाइम का आया हुआ, यह जन्माष्टमी वाले दिन की गल है, 12 तरीक की रात की। यह उन्हें घरों लेके गए, इन मार के सीटिया। सानू तो जाके सानू कुछ नहीं पता लग्या इन्हों ने की किया की नहीं किया। सानू किस तरह पता लगे भी मार के इन्होंने सीटे हॉस्पिटल के जाके हॉस्पिटल का सवेरे 6 बजे फोन आया जी भी छोटे बच्चे की आके लाश ले। ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਇਹ ਲੋਕਾਂ ਨੇ ਮਾਰਿਆ ਮਣੀ ਨੇ ਕਿਤਾਏ? ਵੀਡੀਓ ਉੱਥੋਂ ਦੀ ਵੀਡੀਓ ਦੇ ਕੈਮਰੇ ਦੇ ਵਿੱਚ ਆ ਚੁੱਕੀ ਆ ਜੀ, ਵੀਡੀਓ ਦੇ ਕੈਮਰੇ ਦੇ ਵਿੱਚ ਆ ਚੁੱਕੀ ਆ। ਹੁਣ ਪੁਲਿਸ ਨੂੰ ਆਪਣੇ ਜੋਨੀ ਨੂੰ ਪਕੜ ਕੇ ਲਿਆਈ, ਜੋਨੀ ਇਕਵਾਲ ਕਰ ਰਿਹਾ ਸਾਹਮਣੇ। ਥੋੜ੍ਹਾ ਧਰਨਾ ਲਾਉਣ ਦਾ ਕਾਰਨ ਕੀ? ਧਰਨਾ ਲਾਉਣ ਦਾ ਕਾਰਨ ਇਹ ਸੀ ਤੜਕੇ ਦੇ ਸਾਨੂੰ 2 ਦਿਨ ਤੋਂ ਬੱਚੇ ਦੀ ਲਾਸ਼ ਰੋਲ ਰਹੀ ਹੈ। ਇਹਨਾਂ ਨੇ ਸਾਨੂੰ ਕੋਈ ਇਨਸਾਫ਼ ਨਹੀਂ ਦਿੱਤਾ। ਅਸੀਂ ਇਹਨਾਂ ਨੂੰ ਕਹੀਏ ਨਾ ਵੀ ਕਾਗਜ਼ੀ ਕਾਰਵਾਈ ਕਰਕੇ ਦੇ ਦਿਓ, ਅਸੀਂ ਬੱਚੇ ਦਾ ਪੋਸਟਮਾਰਟਮ ਕਰਵਾ ਲਈਏ, ਬੱਚੇ ਦਾ ਸੰਸਕਾਰ ਕਰ ਦਈਏ। ਇਹਨਾਂ ਨੇ ਸਾਨੂੰ ਜਿਉਂ ਹਰਾਸ਼ਮੈਂਟ ਕਰਨ ਲੱਗੇ ਆ, ਉਲਟਾ ਮਨੀ ਨੂੰ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਸਾਡੇ ਮੇਰੇ ਕੋਲ ਇੱਥੇ ਥਾਣੇ ਦੇ ਵਿੱਚ ਹੀ ਕਿਸੇ ਬੰਦੇ ਦਾ ਫੋਨ ਆਇਆ, ਮੇਰੀ ਰਿਸ਼ਤੇਦਾਰੀ 'ਚੋਂ ਵੀ ਫਲਾਨਾ ਬੰਦਾ ਮਣੀ ਅਤੇ ਮਣੀ ਦੀ ਮਦਰ ਫਲਾਨੇ ਵਕੀਲ ਕੋਲ ਖੋਖੇ ਦੇ ਉੱਤੇ ਕੋਈ ਟਾਈਪ ਕਰਵਾ ਰਹੇ ਨੇ। ਅਸੀਂ ਉਹਨਾਂ ਨੂੰ ਕਿਹਾ ਵੀ ਉਹ ਉੱਥੇ ਬੈਠੇ ਨੇ ਜੀ, ਉਹਨੂੰ ਫੜ ਕੇ ਲਿਆਓ। ਇਹ ਕਹਿੰਦੇ ਜੇ ਸਾਡਾ ਗੁਆਂਢੀ ਹੈ ਤਾਂ ਇਹਦਾ ਮਤਲਬ ਹੈ ਅਸੀਂ ਉਹਦਾ ਨਾਂ ਕਿਵੇਂ ਧਰ ਦਈਏ, ਅਸੀਂ ਉਹਨੂੰ ਕਿਵੇਂ ਫਸਾ ਦਈਏ। ਸਾਡੇ ਮੁੰਡੇ ਦਾ ਨਾਮ ਹੈਗਾ ਸਾਹਲ ਸਿੰਗਲਾ। ਕੀ ਕੰਮ ਕਰਦਾ ਸੀ? ਉਹ ਆਪਦੇ ਡੈਡੀ ਦੇ ਨਾਲ ਹਾਊਸਲੀ ਦੇ ਵਿੱਚ ਨਾਲ ਸਰਵਿਸ ਕਰਦਾ ਸੀ ਪ੍ਰਾਈਵੇਟ। ਤੁਹਾਡੇ ਕੋਲ ਕਿਉਂ ਰਹਿ ਰਿਹਾ ਸੀ? ਮੇਰੇ ਕੋਲ ਰਹਿ ਰਿਹਾ ਸੀ ਸਵਾ ਸਾਲ ਵੀ, ਮੈਂ ਮਾਸਟਰ ਜੀ ਕੋਲ ਉਹ ਮੋਬਾਈਲਾਂ ਦਾ ਕੰਮ ਜਾਣਦਾ ਸੀ ਵੀ ਉੱਥੇ ਮੈਂ ਮਾਸਟਰ ਜੀ ਕੋਲ ਮੋਬਾਈਲਾਂ ਦਾ ਕੰਮ ਕਰੂੰਗਾ। ਵਾਪਸੀ ਕਿਉਂ ਆ ਗਿਆ? ਵਾਪਸੀ ਉਹ ਸਿਰਫ ਰੱਖੜੀ ਕਰਕੇ ਆਇਆ ਸੀ। ਔਰ 5-4 ਦਿਨਾਂ ਤੋਂ ਉਹ 2-3 ਦਿਨਾਂ ਤੋਂ ਆਪਦੇ ਲਗਾਤਾਰ ਆਪਦੇ ਡੈਡੀ ਦੇ ਨਾਲ ਉੱਥੇ ਜਾ ਰਿਹਾ ਸੀ। ਉਸ ਦਿਨ ਕੰਮ ਦਾ ਮੰਦ ਹੋਣ ਕਰਕੇ ਇਹਦੇ ਡੈਡੀ ਨੇ ਫੌਜੀ ਦਾ ਉਹ ਸਿਲਾਈ ਦਾ ਉਹਦਾ ਠੇਕਾ ਲਿਆ ਹੋਇਆ ਸੀ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੇ ਵੀ ਉਹ ਦਰਿੰਦਿਆਂ ਨੂੰ ਜੋ ਜਿੱਥੇ ਚਿੱਟਾ ਵੇਚਦੇ ਨੇ ਪ੍ਰਸ਼ਾਸਨ ਨੂੰ ਪਤਾ ਹੈ। ਓਮਕਾਰ ASI ਨੇ ਸਾਡੇ ਬਿਆਨ ਬਦਲਣ ਦੀ ਕੋਸ਼ਿਸ਼ ਕੀਤੀ, ਜੋ ਇੱਥੇ ਲੇਡੀਜ਼ ਇਹ ਹੌਲਦਾਰ ਹੈ ਉਹਦਾ ਨਾਮ ਮਨਦੀਪ ਹੈ, ਉਹਨੇ ਮੈਨੂੰ ਗਾਲਾਂ ਕੱਢੀਆਂ, ਧੱਕੇ ਮਾਰ ਕੇ ਮੈਨੂੰ ਬਾਹਰ ਭੇਜਿਆ, ਮੈਨੂੰ ਇਨਸਾਫ਼ ਨਹੀਂ ਦਿੱਤਾ ਗਿਆ, ਮੈਨੂੰ ਧਰਨਾ ਲਾਉਣ ਲਈ ਮਜਬੂਰ ਕੀਤਾ ਗਿਆ। ਜੋਨੀ ਪੁਲਿਸ ਪ੍ਰਸ਼ਾਸਨ ਦੇ ਹੁੰਦੇ ਹੋਏ ਹਵਾਲਾਤ ਦੇ ਵਿੱਚੋਂ ਪੁਲਿਸ ਦੇ ਹੁੰਦੇ ਸੁਣਦੇ ਹੋਏ ਮੁਲਾਜ਼ਮਾਂ ਦੇ ਹੁੰਦੇ ਸੁਣਦੇ ਇੱਕ ਮੁਲਾਜ਼ਮ ਬਾਹਰ ਭੱਜੇ, ਫਿਰ ਉਹਨਾਂ ਤੋਂ ਫੜਿਆ ਵੀ ਨਾ ਗਿਆ। ਜੋਨੀ ਨੇ ਮੇਰੇ ਇੱਟ ਮਾਰੀ ਔਰ ਮੈਂ ਜਾ ਕੇ ਉਹਨੂੰ ਘੱਟੋ ਘੱਟ 10 ਫੁੱਟ ਦੀ 10-15 ਕਿਲੋਮੀਟਰ ਉਹਦੀ ਫੁੱਟ ਦੀ ਦੂਰੀ ਤੋਂ ਫੜਿਆ। ਮੁੰਡਾ ਸੀਗਾ ਜੀ ਸਾਹਿਲ ਸਿੰਗਲਾ, ਉਹ ਪਹਿਲਾਂ ਨਸ਼ਾ ਨੁਸ਼ਾ ਕਰਦਾ ਸੀਗਾ ਅਤੇ ਹੁਣ ਸਾਲ ਤੋਂ ਇਹਦਾ ਨਸ਼ਾ ਛੁਡਵਾ ਦਿੱਤਾ ਸੀ ਘਰਦਿਆਂ ਨੇ। 15-20 ਦਿਨ ਤੋਂ ਜੈਲ ਕਲੋਨ ਨਹੀਂ ਆਇਆ ਸੀਗਾ, ਅਤੇ ਆਪਣੇ ਪੁਰਾਣੇ ਯਾਰਾਂ ਦੋਸਤਾਂ ਨਾਲ ਰਲ ਕੇ ਫਿਰ ਨਸ਼ਾ ਨੁਸ਼ਾ ਕਰਨ ਲੱਗ ਪਿਆ। ਕੱਲ੍ਹ ਸਾਨੂੰ ਪਤਾ ਲੱਗਿਆ ਵੀ ਬੇਸੁਰਤੀ ਦੀ ਹਾਲਤ ਵਿੱਚ, ਨਸ਼ੇ ਦੀ ਹਾਲਤ ਦੇ ਵਿੱਚ ਇੱਕ ਬੰਦਾ ਗੁਰਮਾਰ ਨਗਰ ਪਿਆ ਹੋਇਆ।
चाहिए ईएसआई हॉस्पिटल एडमिट कराया तो एक्सपायर हो गया तो हम पता लग्या भी ये जे चार मुंडे थे एक हैगा विनोद रावत जोनी का नाम छोटा दूजा मनविंदर सिंह रीटा तो मनी उर्फ साहिब पैरिस ये चार बंद ने इनू नशा नुशा करवाया उन्होंने जिदे करके सारा कुछ होया इन चार के खिलाफ मुकदमा दर्ज करके कार्रवाई और कुछ लिया तलाश की जा रही। पुलन टीवी लुधियाना तो कैमरामैन विपन मेहरा के नाल पवन सैनी की रिपोर्ट।